ਬਾਵਾ ਸੁਣਿਆ ਕਰਕੇ ਵੀ ਠੀਕ ਹੈ ਬਾਈ ਜੀ ਨੂੰ ਪਤਾ ਲੱਗੀ ਯਾਰ ਵੀ ਵਾਕਈ ਟੀਮ ਬੜੀ ਜੋਸ਼ ਵਾਲੀ ਹੈ ਬੋਲੇ ਸਰਦਾਰ ਕਰਮਜੀਤ ਸਿੰਘ ਅਨਮੋਲ ਸਰਦਾਰ ਕਰਮਜੀਤ ਸਿੰਘ ਅਨਮੋਲ ਆਮ ਆਦਮੀ ਪਾਰਟੀ ਇਸੇ ਤਰ੍ਹਾਂ ਘਰਾਂ ਨੂੰ ਦਿੱਤਾ ਸੀਗਾ ਦਿੱਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਅੱਗੋਂ ਬੇਨਤੀ ਕਰਦਾ ਸਰਦਾਰ ਗੁਰਜੀਤ ਸਿੰਘ ਦੇਖੋ ਐਮ ਐਲ ਏ ਜੀ ਨੂੰ ਬਾਈ ਜੀ ਅੱਜ ਤੁਸੀਂ ਹੁਣ ਵਾਅਦਾ ਕਰਕੇ ਜਾਣਾ ਤੁਸੀਂ ਐਮ ਐਲ ਏ ਹੋ ਤੁਸੀਂ ਐਮ ਪੀ ਬਣ ਜਾਣਾ ਬਈ ਕਿਤੇ ਵੀ ਇਹਨਾਂ ਵਿੱਚ ਫੋਨ ਕਰਕੇ ਜਾਂ ਕਿਸੇ ਦੀ ਭਰਾ ਦੀ ਮੰਮੀ ਦੀ ਲੋੜ ਹੋਵੇ ਤੁਸੀਂ ਕੋ ਅਸੀਂ ਫਿਰੀ ਹੈ ਇਹ ਵਾਅਦਾ ਵੀ ਸਾਰੀ ਸੰਗਤ ਦੇ ਵਿੱਚ ਕਰਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਮ ਐਲ ਏ ਸਾਹਿਬ ਮੰਚ ਦੇ ਵਿਰਾਜਮਾਨ ਦੁਨੀਆਂ ਵਾਸਤੇ ਪੰਜਾਬੀਆਂ ਦੇ ਰੂਹੇ ਰਵਾ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਬਾਬਾ ਜੀ ਰਿੰਕੂ ਜੀ ਔਰ ਚੇਅਰਮੈਨ ਸਾਹਿਬਾਨ ਪਾਰਟੀ ਦੇ ਅਹੁਦੇਦਾਰ ਸਾਹਿਬਾਨ ਨੌਜਵਾਨ ਬਜ਼ੁਰਗੋ ਮੇਰੇ ਭੈਣੋ ਫਤਿਹ ਅਰਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਕਤਕ ਹੋਏ ਹਾਂ ਇੱਕ ਕਾਜ ਹੈ ਕਿਉਂਕਿ ਮਨੁੱਖ ਦਾ ਧਰਮ ਹੈ ਕਿ ਉਹ ਮਾੜੇ ਦੀ ਬਾਹਰ ਫੜੇ ਕਿਉਂਕਿ ਅੱਜ ਦੇਸ਼ ਦੇ ਅੰਦਰ ਜਿਸ ਤਰ੍ਹਾਂ ਦਾ ਮੋਦੀ ਦਾ ਚੱਲ ਰਿਹਾ ਹੈ ਕਿਉਂਕਿ ਮੋਦੀ ਚਾਹੁੰਦਾ ਕਿ ਦੇਸ਼ ਦੇ ਅੰਦਰ ਉਹ ਹੱਕ ਖੋਹ ਲੈ ਜਾਣ ਕਿਉਂਕਿ ਜੇ ਸੰਵਿਧਾਨ ਹੀ ਨਾ ਰਿਹਾ ਤਾਂ ਸਾਡੇ ਕੋਲ ਕੁਛ ਨਹੀਂ ਦੇਣਾ ਜੇ ਸੰਵਿਧਾਨ ਦੇਣ ਤਾਂ ਇਨਸਾਨ ਕਿਸੇ ਸੜਕ ਦੇ ਖੱਬੇ ਪਾਸੇ ਚੱਲਦੇ ਹਨ ਸਾਨੂੰ ਸਕੂਲ ਹਸਪਤਾਲ ਪਾਣੀ ਸਭ ਕੁਝ ਸਾਡਾ ਸੰਵਿਧਾਨਕ ਹੱਕ ਦਿੰਦਾ ਹੈ ਸੋ ਇਸ ਵਾਸਤੇ ਵੀਰੋ ਇਹ ਬਹੁਤ ਵੱਡੀ ਲੜਾਈ ਹੈ ਔਰ ਮੈਂ ਰਿੰਕੂ ਜੀ ਦਾ ਗੋਰਾ ਜੀ ਦਾ ਔਰ ਸਾਡੇ ਜਿੰਨੇ ਸਾਡੇ ਸਾਥੀ ਕੱਲ ਮੁੱਖ ਮੰਤਰੀ ਸਾਹਿਬ ਕੋਲ ਜੁਆਇਨ ਹੋ ਕੇ ਆਏ ਆ ਜਾਂ ਅੱਜ ਵੀ ਜਿਹਨਾਂ ਨੇ ਜੁਆਇਨ ਹੋਣਾ ਉਹਨਾਂ ਦਾ ਸਾਰਾ ਧੰਨਵਾਦ ਕਰਦਾ ਕਿਉਂਕਿ ਬਹੁਤ ਵੱਡੀ ਲੜਾਈ ਹੈ ਔਰ ਇਕੱਲਾ ਬੰਦਾ ਕੋਈ ਕੁਛ ਨਹੀਂ ਕਰ ਸਕਦਾ ਜਿੰਨਾ ਚਿਰ ਅਸੀਂ ਇਕੱਠੇ ਨਹੀਂ ਹੋਵਾਂਗੇ ਸਾਨੂੰ ਆਪਦੇ ਹੱਕਾਂ ਪ੍ਰਤੀ ਫਰਜ਼ਾਂ ਪ੍ਰਤੀ ਅਸੀਂ ਸੁਚੇਤ ਨਹੀਂ ਹੋਵਾਂਗੇ ਉਹਨਾਂ ਚਿਰ ਅਸੀਂ ਤਰੱਕੀ ਨਹੀਂ ਕਰ ਸਕਾਂਗੇ ਸੋ ਆਪਣੀ ਸਰਕਾਰ ਨੇ 2 ਸਾਲ ਦੇ ਵਿੱਚ ਤੁਸੀਂ ਇਹ ਦੇਖੋ ਪਿਛਲੇ 15 ਸਾਲਾਂ ਤੋਂ ਤੁਸੀਂ ਸੁਣ ਰਹੇ ਸੀ ਪੰਜਾਬ ਦੇ ਅੰਦਰ ਕਿ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਆਪਣੀ ਸਰਕਾਰ ਨੂੰ 2 ਸਾਲ ਹੋਏ ਬਣੀ ਨੂੰ ਇੱਕ ਵੀ ਦਿਨ ਆਵਾਜ਼ ਨਹੀਂ ਆਈ ਖਜ਼ਾਨਾ ਖਾਲੀ ਦੀ ਸੋ ਖਜ਼ਾਨਾ ਭਰਿਆ ਵੰਡੀ ਚਲੋ ਖਜ਼ਾਨਾ ਭਰਿਆ ਵੰਡੀ ਚਲੋ 47,000 ਨੌਜਵਾਨ ਨੂੰ ਨੌਕਰੀ ਦਿੱਤੀ ਹੈ 47,000 ਨੂੰ ਔਰ ਫਰੀਦਕੋਟ ਦੇ 6 ਜੱਜ ਲੱਗੇ ਨੇ ਉਦੋਂ 1 ਮੁੰਡਾ ਤੇ 5 ਕੁੜੀਆਂ ਇਹ ਰਿਕਾਰਡ ਹੈ ਔਰ ਸਾਰੇ ਗਰੀਬ ਘਰਾਂ ਦੇ ਵਿੱਚ ਕੋਈ ਇਹ ਨਹੀਂ ਅੱਗੇ ਜੱਜਾਂ ਦੇ ਜਵਾਕ ਜੱਜ ਬਣਦੇ ਸੀ ਜਾਂ ਵੱਡੇ ਵਕੀਲਾਂ ਦੇ ਜਵਾਕ ਜੱਜ ਬਣਦੇ ਸੀ ਪਰ ਇਹ ਪਹਿਲੀ ਵਾਰੀ ਹੋਇਆ ਕਿ ਇੱਕ ਘਰ ਦੇ ਵਿੱਚ ਸਫਾਈ ਦਾ ਕੰਮ ਕਰਨ ਵਾਲੀ ਬੀਬੀ ਦੀ ਬੇਟੀ ਵੀ ਜੱਜ ਬਣੀ ਹੈ ਔਰ ਇੱਕ ਸਾਬਕਾ ਫੌਜੀ ਦਾ ਦੀ ਬੇਟੀ ਵੀ ਜੱਜ ਬਣੀ ਹੈ ਇੱਕ ਕਲਰਕ ਦਾ ਮੁੰਡਾ ਵੀ ਜੱਜ ਬਣਿਆ ਕਿਉਂ ਬਣਿਆ ਕਿਉਂਕਿ ਇਮਾਨਦਾਰ ਸਰਕਾਰ ਹੈ ਅਧਿਆਪਕ ਭਰਤੀ ਕੀਤੇ ਹੈ ਡਾਕਟਰ ਭਰਤੀ ਕੀਤੇ ਹੈ ਆਹ ਆਪਣੇ ਮੈਡੀਕਲ ਕਾਲਜ ਦੇ ਵਿੱਚ 51 ਸਾਲ ਹੋ ਗਏ ਸਾਡੇ ਮੈਡੀਕਲ ਕਾਲਜ ਬਣੇ ਨੂੰ 250 ਸਟਾਫ ਨਰਸ ਕਦੇ ਨਹੀਂ ਭਰਤੀ ਹੋਈ ਇੱਥੇ ਪਹਿਲੀ ਵਾਰੀ ਹੋਇਆ ਆਪਣੀ ਸਰਕਾਰ ਬਣਨ ਤੋਂ ਬਾਅਦ ਆਉਣ ਸਾਰ 250 ਸਟਾਫ ਨਰਸ ਕੱਟੀ ਭਰਤੀ ਕੀਤੀ ਹੈ 150 ਡਾਕਟਰ ਭਰਤੀ ਕਰ ਚੁੱਕਾ 2 ਸਾਲਾਂ ਦੇ ਵਿੱਚ 170 ਬੈੱਡ ਦਾ ਬੱਚਿਆਂ ਦਾ ਇਕੱਲਿਆਂ ਦਾ ਹਸਪਤਾਲ ਬਣਾਇਆ ਸ਼ਹਿਰ ਦੇ ਵਿੱਚ ਜਿੰਨੇ ਸਾਡੇ ਸਮਾਜ ਸੇਵੀ ਵੀਰ ਬੈਠੇ ਆ ਇਹਨਾਂ ਨੂੰ ਪਤਾ ਹੋਣਾ ਕਿ ਜੇ ਕਿਸੇ ਦਾ ਬੱਚਾ ਗਰੀਬ ਦਾ ਬਿਮਾਰ ਹੋ ਜਾਂਦਾ ਸੀ ਕਿਸੇ ਪ੍ਰਾਈਵੇਟ ਚ ਜਾਂਦੇ ਸੀ
ਤਾਂ ਜਾਂ ਤਾਂ ਡਾਕਟਰਾਂ ਦੀਆਂ ਮਿੰਨਤਾਂ ਕਰਦੇ ਸੀ ਤੇ ਜਾਂ ਯਾਰਾਂ ਪੈਲੀਆਂ ਦੀ ਯਾਰ ਪੈਸੇ ਦੇਣੇ ਆਪਾਂ। ਜਦੋਂ ਵੀ ਆਪਣੀ ਸਰਕਾਰ ਬਣੀ ਕਿਸੇ ਪ੍ਰਾਈਵੇਟ ਵਾਲੇ ਤੋਂ ਪੈਸੇ ਮਾਫ ਕਰਾਉਣ ਦੀ ਲੋੜ ਨਹੀਂ ਪਈ। 170 ਬੈੱਡ ਥੋੜੇ ਨਹੀਂ ਹੁੰਦੇ, 170 ਬੈੱਡ ਦਾ ਹਸਪਤਾਲ ਆਪਣਾ ਬਣਿਆ, 25 ਕਰੋੜ ਦੀ ਲਾਗਤ ਨਾਲ ਸਰਕਾਰ ਨੇ ਬਣਾਇਆ, ਔਰ 25 ਕਰੋੜ ਦੀ ਲਾਗਤ ਨਾਲ ਹੀ 50 ਬੈੱਡ ਦਾ ICU ਹਸਪਤਾਲ ਬਣੀ ਜਾਂਦਾ ਜਿਹੜਾ ਆਹ ਥੋੜੇ ਦਿਨੇ ਚਾਲੂ ਹੈ। 72 ਕਰੋੜ ਦੀਆਂ ਮਸ਼ੀਨਾਂ ਮੈਡੀਕਲ ਕਾਲਜ ਆ ਗਈਆਂ 72 ਕਰੋੜ ਦੀਆਂ, ਔਰ 2 ਸਾਲਾਂ ਦੇ ਵਿੱਚ ਆਪਣਾ ਸੁਪਰ ਸਪੈਸ਼ਲਿਟੀ ਦਾ ਹਸਪਤਾਲ ਬਣ ਰਿਹਾ। 2 ਸਾਲਾਂ 'ਚ ਆਪਣੇ ਕੋਲ ਇਹੋ ਜਿਹੀਆਂ ਮਸ਼ੀਨਾਂ ਹੋਣੀਆਂ ਕਿ PGI ਕੋਲ ਵੀ ਜਿਹੜੀ ਆਪਾਂ MRI ਲਾ ਰਹੇ ਹਾਂ, 15 ਕਰੋੜ ਦੀ ਲਾਗਤ ਲੱਗ ਰਹੀ ਹੈ, ਔਰ ਉੱਤਰ ਭਾਰਤ 'ਚ ਕਿਤੇ ਵੀ ਹੈ ਨਹੀਂ, ਇੱਕ ਬੰਬੇ ਹੈ ਅਤੇ ਇੱਕ ਇੰਡੀਆ 'ਚ ਕਿਤੇ ਹੋਰ ਹੈ PGI ਆਪਾਂ ਲਾ ਰਹੇ ਹਾਂ। ਇਹਦਾ ਫਾਇਦਾ ਕਿਹਨੂੰ ਹੋਣਾ? ਇਹਦਾ ਫਾਇਦਾ ਸਾਡੇ ਸਮਾਜ ਨੂੰ ਹੋਣਾ। 36 ਤਰ੍ਹਾਂ ਦੇ ਕੋਰਸ ਸ਼ੁਰੂ ਕਰ ਰਹੇ ਨੌਜਵਾਨ ਜਿੰਨੇ ਸਾਰੇ ਸਾਡੇ ਬੈਠੇ ਆ, ਜਿਹੜੇ ਨੌਕਰੀ ਕਰਨਾ ਚਾਹੁੰਦੇ ਹੋਣਗੇ ਉਹ ਕੋਰਸ ਕਰਕੇ ਨੌਕਰੀ ਵੀ ਕਰ ਸਕਦੇ ਆ, ਤੇ ਜਿਹੜੇ ਆਪਦਾ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੇ ਹੋਏ ਆਪਦਾ ਕਾਰੋਬਾਰ ਵੀ ਸ਼ੁਰੂ ਕਰ ਸਕਦੇ। ਵੈਦ ਜੀ ਬੈਠੇ, ਮੈਨੂੰ ਪਤਾ ਬਹੁਤ ਸਾਰੀਆਂ ਦਵਾਈਆਂ ਇੱਥੇ ਸਾਡੇ ਆਂਢ ਗੁਆਂਢੀਆਂ ਜਿੰਨੇ ਬੂਟੇ ਲੱਗੇ ਇਹਨਾਂ 'ਚ ਬੜੀਆਂ ਦਵਾਈਆਂ, ਪਰ ਉਹ ਸਾਨੂੰ ਪਤਾ ਨਹੀਂ ਪੜ੍ਹਾਇਆ ਨਹੀਂ ਜਾ ਰਿਹਾ। ਇਹਦਾ ਵੀ ਕੋਰਸ ਸ਼ੁਰੂ ਕਰ ਰਹੇ ਮੈਡੀਕਲ ਕਾਲਜ, ਉਹ ਜੜੀਆਂ ਬੂਟੀਆਂ ਤੁਸੀਂ ਇਕੱਠੀਆਂ ਕਰਕੇ ਲੱਖਾਂ ਰੁਪਈਆ ਉਹਦੇ ਤੋਂ ਵੀ ਬਣਾ ਸਕਦੇ, ਦਵਾਈਆਂ ਵੀ ਬਣਾ ਸਕਦੇ। ਆਹ ਜਿਹੜਾ ਬੂਟਾ ਅਵੈਦ ਜੀ ਨੇ ਦੱਸਿਆ ਹਰੜ ਦਾ ਬੂਟਾ, ਤੇ ਹਰੜ ਆ ਜਿਹੜੀ ਕਿਸੇ ਵੀ ਕਿਸਮ ਦੀ ਪੇਟ ਦੀ ਬਿਮਾਰੀ ਹੋਵੇ ਉਹ ਠੀਕ ਕਰ ਦਿੰਦੇ। ਇੰਨਾ ਕੁ ਮੈਨੂੰ ਵੀ ਪਤਾ ਲੱਗੋ ਕਿ ਮੈਂ ਬੈਠਾ ਦਿਖਾ ਦਿੰਦਾ। ਆਹ ਕਰੀ ਪੱਤਾ ਹੋ ਗਿਆ, ਅਸ਼ਵਗੰਧਾ ਹੋ ਗਿਆ, ਆਹ ਇਹ ਸਾਰੇ ਆਪਣੇ ਕੋਲੇ ਆ, ਬੂਟੇ ਪਰ ਆਪਾਂ ਨੂੰ ਪਤਾ ਹੀ ਨਹੀਂ। ਇਸ ਤਰ੍ਹਾਂ ਦੇ ਕੋਰਸ ਆ ਜਿਹੜੇ ਅਸੀਂ ਸ਼ੁਰੂ ਕਰ ਰਹੇ ਤਾਂ ਕਿ ਸਾਡਾ ਕੋਈ ਨੌਜਵਾਨ ਬੇਰੁਜ਼ਗਾਰ ਨਾ ਰਹੇ। ਹੋਰ ਬੜੇ ਵੱਡੇ ਵੱਡੇ ਪ੍ਰੋਗਰਾਮ ਹੈ, ਆ ਜਿਹੜਾ ਆਪਣਾ ਜਹਾਜ਼ ਗਰਾਊਂਡ ਆ ਪੁਰਾਣਾ, ਸਾਡੀ ਕੋਸ਼ਿਸ਼ ਹੈ ਵੀ ਇੱਥੇ ਵੀ ਜਹਾਜ਼ ਉੱਡਿਆ ਕਰਨੇ, ਇੱਥੇ ਅਸੀਂ ਸਕੂਲ ਖੋਲਾਂਗੇ, ਜਿੱਥੇ ਬੱਚੇ ਸਾਡੇ ਪਾਇਲਟ ਬਣਨਗੇ। ਨਹੀਂ ਤਾਂ ਡਰਾਈਵਰ ਲਾਇਸੈਂਸ ਬਣਾਉਣ ਵਾਸਤੇ ਵੀ ਟਰੱਕ ਦਾ ਸਾਨੂੰ ਮਾਊ ਮੁੰਡੇ ਜਾਣਾ ਪੈਂਦਾ ਸੀ। ਇਹ ਸਰਕਾਰ ਦੀ ਸੋਚ ਹੈ, ਆਪਣਾ ਇਸ ਵਾਰੀ ਵਿਧਾਨ ਸਭਾ 'ਚ ਸਵਾਲ ਸੀ, ਸਰਕਾਰ ਨੇ ਸਿੰਘ ਗਵਰਨਮੈਂਟ ਨੂੰ ਲਿਖਤੀ ਚਿੱਠੀ ਤੇ ਉਦੋਂ ਨੂੰ ਅਗਲੀ ਸਰਕਾਰ ਬਣ ਜਾਣੀ ਆਪਣੀ, ਤੇ MP ਸਾਹਿਬ ਉੱਥੇ ਪਹੁੰਚਣਗੇ ਤੇ ਜਿਹੜੀ ਕਮੀ ਪੇਸ਼ੀ ਰਹਿੰਦੀ ਇੱਥੇ ਉਹ ਸਕੂਲ ਖੋਲਾਂਗੇ ਜਿਹਦੇ ਨਾਲ ਸਾਡੇ ਬੱਚਿਆਂ ਨੂੰ ਰੁਜ਼ਗਾਰ ਮਿਲੇ, ਪਾਇਲਟ ਬਣਨ ਸਾਡੇ ਬੱਚੇ ਫਰੀਦਕੋਟ ਦੇ। ਸੋ ਇਸ ਤਰ੍ਹਾਂ ਦੀ ਸੋਚ ਹੈ ਮੁੱਖ ਮੰਤਰੀ ਸਾਹਿਬ ਦੀ, ਕੋਈ ਇਹੋ ਜਿਹਾ ਕੰਮ ਨਹੀਂ। ਆਪਣੀ ਸਰਕਾਰ ਬਣੀ ਨੂੰ 2 ਸਾਲ ਹੋਏ ਹੈ, 327 ਕਰੋੜ ਫਰੀਦਕੋਟ ਲੱਗ ਚੁੱਕਾ ਹੈ, ਜਾਂ ਕੰਮ ਚੱਲੀ ਜਾਂਦੇ ਜਾਂ ਕੰਮ ਸੰਪੂਰਨ ਹੋ ਗਏ। ਔਰ ਦੂਜੀਆਂ ਪਾਰਟੀਆਂ ਕੀ ਕਰਦੀਆਂ ਸੀ ਵੀ ਇਲੈਕਸ਼ਨਾਂ ਤੋਂ ਪਹਿਲਾਂ ਨੀਂਹ ਪੱਥਰ ਰੱਖ ਦਿੱਤੀਆਂ ਸੀਗੀਆਂ। ਐਤਕੀ 2 MLA ਖੜੇ ਹੋ ਕੇ ਸਾਨੂੰ ਕਹਿੰਦੇ ਜੀ ਵੀ ਉੱਥੇ ਇੱਕ ਹਸਪਤਾਲ ਅਨਾਊਂਸ ਕੀਤਾ ਸੀ, ਇੱਕ ਬੱਸ ਅੱਡਾ ਅਨਾਊਂਸ ਕੀਤਾ ਜੀ, ਪੈਸੇ ਨਹੀਂ ਆਏ। ਇਹਨੇ ਪੁੱਛਿਆ ਵੀ ਕਦੋਂ ਕੀਤਾ ਜੀ, ਕਹਿੰਦੇ ਜੀ ਇਲੈਕਸ਼ਨਾਂ ਤੋਂ ਪਹਿਲਾਂ, ਵੀ ਉਹਦਾ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ, ਕਹਿੰਦੇ ਜੀ ਨੋਟੀਫਿਕੇਸ਼ਨ ਤਾਂ ਹੁਣ ਤੁਸੀਂ ਕਰਨਾ, ਨੀਂਹ ਪੱਥਰ ਤੁਸੀਂ ਲੱਗ ਕੇ ਤੁਰ ਕੇ ਤੇ ਨੋਟੀਫਿਕੇਸ਼ਨ ਅਸੀਂ ਕਰਦੇ ਹਾਂ। ਆਪਣੀ ਸਰਕਾਰ 'ਚ ਕਿਤੇ ਵੀ ਨੀਂਹ ਪੱਥਰ ਨਹੀਂ ਮਿਲਣਾ ਤੁਹਾਨੂੰ 2 ਸਾਲਾਂ 'ਚ, ਇੱਕ ਵੀ ਨੀਂਹ ਪੱਥਰ ਜਿੱਥੇ ਟੈਂਡਰ ਨਾ ਲੱਗਿਆ ਹੋਵੇ, ਕੰਮ ਸ਼ੁਰੂ ਨਾ ਹੋਇਆ ਹੋਵੇ ਤੇ ਨੀਂਹ ਪੱਥਰ ਲੱਗਿਆ। ਜਾਂ ਬਹੁਤੀ ਵਾਰ ਤਾਂ ਅਸੀਂ ਉਦਘਾਟਨ ਵੀ ਨਹੀਂ ਕੀਤੇ, ਕੰਮ ਚੱਲ ਪਿਆ ਉਹਨੂੰ ਕਹਿੰਦੇ ਚਲਾਓ ਜਾਂ ਲੰਘਾਓ, ਕੋਈ ਗੱਲ ਨਹੀਂ, ਬੱਚਿਆਂ ਨੂੰ ਪੜ੍ਹਾਓ ਸਕੂਲਾਂ 'ਚ। ਇਹੋ ਜਿਹੇ 23 ਕਰੋੜ 69 ਲੱਖ ਰੁਪਈਆ ਇਕੱਲਾ ਸਕੂਲਾਂ 'ਤੇ ਲੱਗਿਆ, 22 ਕਰੋੜ ਦੀ ਲਾਗਤ ਨਾਲ ਜੰਡ ਸਾਹਿਬ ਸਪੋਰਟਸ ਸਕੂਲ ਬਣ ਰਿਹਾ। ਆਹ ਜਿਹੜੇ ਬੱਚੇ ਸਾਡੇ ਛੋਟੇ ਜਿਹਨਾਂ ਨੂੰ ਅਸੀਂ ਉਹ 'ਚ ਭਰਤੀ ਕਰਾਂਗੇ, ਉਹਨਾਂ ਦੇ ਹਰ ਖਰਚੇ ਦਾ ਜਿਹੜਾ ਹੈਗਾ ਉਹ ਸਰਕਾਰ ਜ਼ਿੰਮੇਵਾਰ ਹੋਊਗੀ, ਚਾਹੇ ਉਹਨੇ ਪੜ੍ਹਨਾ ਉੱਥੇ, ਰਹਿਣ ਦਾ, ਖਾਣ ਦਾ, ਪੀਣ ਦਾ, ਸੌਣ ਦਾ, ਹਰ ਇੱਕ ਤਰ੍ਹਾਂ ਦੀ ਜਿਹੜੀ ਚੀਜ਼ ਹੈ ਉਹਨਾਂ ਦੇ ਬੂਟਾਂ ਤੋਂ ਲੈ ਕੇ ਉਹਨਾਂ ਦੇ ਨਹਾਉਣ ਤੱਕ ਦੇ ਸਾਬਣ ਤੇਲ ਦਾ ਖਰਚਾ ਵੀ ਸਰਕਾਰ ਆਪ ਕਰੂ, ਤਾਂ ਕਿ ਅਸੀਂ ਆਹ ਸਾਡੀਆਂ ਹੁਣ ਬੱਚੀ ਅੱਜ ਸਾਡੀ ਸਿਫਤ ਕੌਰ MP ਸਾਹਿਬ ਕੱਲ੍ਹ ਜਾ ਕੇ ਆਏ ਘਰੇ, ਉਹਨਾਂ ਦੀ
ਓਲੰਪਿਕ ਖੇਡਣ ਜਾ ਰਹੀ ਹੈ। ਅਸੀਂ ਵੀ ਖਿਡਾਰੀ ਰਹੇ, ਹੋਰ ਵੀ ਇੱਥੇ ਸਾਰੇ ਜਿਹੜੇ ਖਿਡਾਰੀ ਹੈ, ਜਦੋਂ ਕਿਤੇ ਬਾਹਰ ਖੇਡਣ ਜਾਣਾ ਹੁੰਦਾ ਸੀ ਸਭ ਤੋਂ ਪਹਿਲਾਂ ਫਿਕਰ ਟਿਕਟ ਦਾ ਹੁੰਦਾ ਸੀ, ਜਹਾਜ਼ ਦੀ ਟਿਕਟ ਕਿੱਥੋਂ ਲੈਣੀ। ਕਿਤੇ ਰੈੱਡ ਕ੍ਰਾਸ ਤੋਂ ਕਹੋ, ਡੀਸੀ ਨੂੰ, ਸ਼ਹਿਰ ਦੀਆਂ ਕਲੱਬਾਂ ਨੂੰ ਕਹੋ, ਹੁਣ ਤੱਕ ਕਹਿੰਦੇ ਰਹੇ ਆਪਾਂ ਵੀ ਯਾਰ ਪੈਸੇ ਇਕੱਠੇ ਕਰਕੇ ਬੰਦੇ ਨੇ ਬਾਹਰ ਜਾਣਾ। ਤੇ 15 ਲੱਖ ਰੁਪਇਆ ਸਰਕਾਰ ਨੇ ਹਰੇ ਉਹਨੇ ਓਲੰਪਿਕ ਖੇਡਣ ਜਾਣਾ ਪਹਿਲਾਂ ਉਹਨੇ ਜੇਲ੍ਹ ਚ ਪਾਤਾ ਵੀ ਆਹ 15 ਲੱਖ ਤੋਂ ਤੂੰ ਜਿੱਥੇ ਖਰਚਾ ਕਰਨਾ ਕਰ ਦੇ, ਤੈਨੂੰ ਇਹ ਨਾ ਹੋਵੇ, ਕਿਸੇ ਗੱਲ ਦਾ ਫਿਕਰ ਨਾ ਹੋਵੇ ਵੀ ਕੱਲ ਨੂੰ ਮੈਂ ਸਿਲੈਕਟ ਹੋਊਗੀ ਤੇ ਮੈਨੂੰ ਟਿਕਟ ਦਾ ਫਿਕਰ ਹੋਊਗਾ। ਕਾਮਨਵੈਲਥ ਗੇਮਾਂ ਵਾਲੇ ਬੱਚੇ ਜਿੰਨੇ ਗਏ 8-8 ਲੱਖ ਰੁਪਇਆ ਉਹਨੇ ਜੇਲ੍ਹ ਚ ਪਾਇਆ, ਜਿਹੜੇ ਮੈਡਲ ਲਾ ਕੇ ਆਇਆ 2-2 ਕਰੋੜ ਰੁਪਇਆ ਉਹਨਾਂ ਦੀ ਜੇਲ੍ਹ ਚ ਪਾਇਆ। 7 SDM ਭਰਤੀ ਕੀਤੇ ਆ ਤੇ 6 DSP ਭਰਤੀ ਕੀਤੇ ਆ ਪਲੇਅਰ। ਪਹਿਲੀਆਂ ਸਰਕਾਰਾਂ ਕਿੱਥੇ ਸੁੱਤੀਆਂ ਸੀਗੀਆਂ, ਉਹਨਾਂ ਨੇ ਸਗੋਂ ਜਿਹੜੇ ਚੰਗੇ ਪਲੇਅਰ ਵਿਹਲੇ ਫਿਰਦੇ ਸੀ, ਲੋਕ ਉਹਨਾਂ ਨੂੰ ਵੇਖ ਕੇ ਗੇਮ ਹੀ ਨਹੀਂ ਕਰਦੇ ਸੀ ਕਿ ਪਲੇਅਰਾਂ ਨੂੰ ਕੀ ਮਿਲਦਾ।